ਪੁੱਤਰ ਦੀ ਦਾਤ ਜਿਹੜੀ ਹੈ ਕੁਝ ਤੇ ਪੰਜ ਪਿਆਰਿਆਂ ਨੂੰ ਬਖਸ਼ੀ ਔਰ ਸੰਗਤ ਨੂੰ ਵੀ ਇਹ ਗੱਲ ਕਹੀ ਕਿ ਹਰ ਮੇਰਾ ਸਿੱਖ ਜਿਹੜਾ ਹੈ ਉਹ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਸੋ ਬਹੁਤ ਲੰਮਾ ਇਤਿਹਾਸ ਹੈ, ਮੈਂ ਸਮਝਦਾ ਇਹ ਇਤਿਹਾਸ ਦੇ ਜੇ ਆਪਾਂ ਬਰਕੇ ਫੋਲੀਏ ਬੜੀਆਂ ਕੁਰਬਾਨੀਆਂ ਭਰਿਆ ਇਤਿਹਾਸ ਹੈ। ਬਾਬਾ ਬੰਦਾ ਸਿੰਘ ਦਾ ਇਤਿਹਾਸ ਹੈ ਜਿਹਦੀ ਕੁਰਬਾਨੀ ਔਰ ਜਿੰਨਾ ਸ਼ਹਾਦਤ ਜਿਹੜੀ ਹੈ ਔਰ ਇਸ ਦਿੱਲੀ ਦੀ ਧਰਤੀ ਤੇ ਹੋਈ, ਮੈਂ ਸਮਝਦਾ ਇਹ ਸਮੁੱਚੇ ਇਤਿਹਾਸ ਨੂੰ ਆ ਕਿਲੇ ਦੀਆਂ ਜਿਹੜੀਆਂ ਕੰਧਾਂ ਨੇ ਇਹ ਸਮੋਈਆਂ ਬੈਠੀਆਂ ਨੇ। ਅੱਜ ਕਈ ਗੱਲਾਂ ਹੁੰਦੀਆਂ ਨੇ, ਕਿਤੇ ਸਾਡੀ ਪੱਗ ਦੀ ਸਵਾਲ ਹੋ ਰਹੇ ਨੇ, ਕਿਤੇ ਦਸਤਾਰ ਦੇ ਸਵਾਲ ਹੋ ਰਹੇ ਨੇ। ਮੈਂ ਸਮਝਦਾ ਇਹ ਲਾਲ ਕਿਲੇ ਦੀਆਂ ਕੰਧਾਂ ਨੂੰ ਪੁੱਛੋ ਜਿਹਦੇ ਸਾਹਮਣੇ ਆ ਚਾਂਦਨੀ ਚੌਂਕ ਦੇ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਹੋਇਆ, ਜਿਨ੍ਹਾਂ ਨੇ ਹਿੰਦੂ ਧਰਮ ਦੀ ਰਾਖੀ ਲਈ, ਹਿੰਦੁਸਤਾਨ ਦੀ ਆਵਰੂ ਲਈ ਔਰ ਆਪਣਾ ਬਲੀਦਾਨ ਦਿੱਤਾ। ਉਹੀ ਨੀ ਬਸ ਨਹੀਂ ਹੈ ਉੱਥੇ ਜਿੱਥੇ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਦਿਆਲੇ ਨੂੰ ਔਰ ਦੇਗ ਦੇ ਵਿੱਚ ਵਾਲ ਕੇ ਸ਼ਹੀਦ ਕੀਤਾ ਗਿਆ। ਐਸੀ ਦਾਸਤਾਨ ਜਿਹੜੀ ਹੈ ਮੈਂ ਸਮਝਦਾ ਸਿੰਘ ਕੌਮ ਦੀ ਬਹੁਤ ਵੱਡੀ ਕੁਰਬਾਨੀ ਹੈ ਇਸ ਦਾਸਤਾਨ ਦੇ ਵਿੱਚੋਂ। ਔਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਔਰ ਉਹਦਾ ਜੀਵਨ ਜਿਹੜਾ ਸੀ ਇਸ ਦਾਸਤਾਨ ਤੋਂ ਵਿੱਚ ਹੋ ਕੇ ਵਧਿਆ, ਭਾਵੇਂ ਛੋਟੇ ਉਮਰ ਦੇ ਵਿੱਚ ਪਿਤਾ ਦਾ ਛਾਇਆ ਉਹਨਾਂ ਦੇ ਉੱਠ ਗਿਆ ਸੀ ਸਿਰ ਤੋਂ, ਪਰ ਮਾਤਾ ਜੀ ਦੀ ਔਰ ਗੋਦ ਪਲਿਆ ਔਰ ਉਹ ਮਹਾਨ ਮਾਤਾ ਸੀ ਜਿਹੜੀ ਕੀਰਤਨ ਵੀ ਕਰਦੀ ਸੀ, ਜਿਹਨਾਂ ਨੇ ਆਪਣੇ ਪੁੱਤ ਨੂੰ ਇੱਕ ਸੰਤ ਔਰ ਸਿਪਾਹੀ ਬਣਾਇਆ। ਮੈਂ ਸਮਝਦਾ ਜਿੱਥੇ ਜੱਸਾ ਸਿੰਘ ਆਲੂਵਾਲੀਆ ਇੱਕ ਮਹਾਨ ਜਰਨੈਲ ਸਨ, ਉੱਥੇ ਸੰਤ ਵੀ ਸਨ, ਉਹ ਕੀਰਤਨ ਵੀ ਕਰਦੇ ਸਨ, ਨਾਮ ਬਾਣੀ ਦੇ ਰਸੀਏ ਵੀ ਸਨ। ਸੋ ਮੈਂ ਸਮਝਦਾ ਉਹ ਐਸੇ ਮਹਾਨ ਸਨ ਜੇ ਜੀਵਨ ਉਹਨੇ ਦੇਖਿਆ ਤਾਂ ਭਾਵੇਂ ਬਹੁਤ ਲੰਮਾ ਸਮਾਂ ਲੱਗਦਾ ਉਹਨਾਂ ਜੀਵਨ ਦੇ ਵਿੱਚ, ਬੜਾ ਵੱਡੀਆਂ ਪਦਵੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਜਿੱਥੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਹੇ, ਬੁੱਢਾ ਦਲ ਨਿਹੰਗ ਸਿੰਘ ਜਥੇਬੰਦੀ ਦੇ ਜਥੇਦਾਰ ਰਹੇ, ਦਲ ਖਾਲਸਾ ਦੇ ਜਥੇਦਾਰ ਰਹੇ, ਉੱਥੇ ਆਲੂਵਾਲੀਆ ਜਿਹੜੀ ਮਿਸਲ ਸੀ ਉਹਦੇ ਆਗੂ ਰਹੇ। ਮੈਂ ਸਮਝਦਾ ਉਹ ਮਹਾਨ ਜੋਧਾ ਸੀ ਔਰ ਜੋਧੇ ਨੇ ਭੈਣਾਂ ਦੀ ਇੱਜ਼ਤ ਨੂੰ ਲੁੱਟ ਕੇ ਲੈ ਜਾਂਦੇ ਸੀ। ਮੈਂ ਸਮਝਦਾ ਇਹ ਜੋਧਾ ਸੀ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜਿਹਨੇ ਉਸ ਨੂੰ ਠੱਲ ਪਾਈ ਜਿਹੜੀਆਂ ਸਾਡੀ ਬਹੂ ਬੇਟੀਆਂ ਨੂੰ ਇੱਥੋਂ ਗੱਡਿਆਂ ਦੇ ਵਿੱਚ ਲੱਦ ਕੇ ਔਰ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ ਦੇ ਉੱਤੇ ਜਿਹੜਾ ਸੀ ਮੈਂ ਸਮਝਦਾ ਵੇਚਿਆ ਜਾਂਦਾ ਸੀ, ਉਹਨੂੰ ਜੇ ਠੱਲ ਪਾਈ ਤਾਂ ਜੱਸਾ ਸਿੰਘ ਆਲੂਵਾਲੀਆ ਨੇ ਪਾਈ, ਉਹਨਾਂ ਬੇਟੀਆਂ ਨੂੰ ਹਜ਼ਾਰਾਂ ਬੇਟੀਆਂ ਨੂੰ ਛਡਾ ਕੇ ਆਪਣੇ ਘਰੋਂ ਕਰੀ ਭੇਜਿਆ। ਇਹ ਹੈ ਦਾਸਤਾਨ ਸਿੰਘ ਕੌਮ ਦੀ, ਇਹ ਹੈ ਇਤਿਹਾਸ ਸਿੱਖ ਕੌਮ ਦਾ, ਇੱਥੇ ਹੀ ਬਸ ਨਹੀਂ ਆ ਸਾਡੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਘੱਲੂਘਾਰਾ ਹੋਇਆ ਜਿੱਥੇ 35,000 ਸਿੰਘਾਂ ਸਿੰਘਣੀਆਂ ਬੱਚੀਆਂ ਦੀ ਔਰ ਬੁੱਢਿਆਂ ਦੀ ਔਰ ਕੁਰਬਾਨੀ ਹੋਈ, ਉਸ ਦੇ ਵਿੱਚ ਬਹੁਤ ਲੜਾਈ ਲੜੀ, ਇੱਕ ਸ਼ੇਰ ਦੇ ਵਾਂਗ ਗਰਜ ਕੇ ਲੜਾਈ ਲੜੀ ਉਹ ਜੱਸਾ ਸਿੰਘ ਆਲੂਵਾਲੀਆ ਸੀ ਜਿਹਦੇ ਇਤਿਹਾਸ ਦੇ ਵਿੱਚ ਲਿਖਿਆ 22 ਫੱਟ ਲੱਗੇ ਹੋਏ ਸਨ ਫੇਰ ਵੀ ਇੰਨੀ ਤਾਕਤ ਨਾਲ ਲੜ ਰਿਹਾ ਸੀ। ਇਹ ਯੋਧੇ ਦੀ ਗੱਲ, ਇਹ ਜਜ਼ਬੇ ਦੀ ਗੱਲ, ਇਹ ਕਲਗੀਧਰ ਪਿਤਾ ਦਾ ਉਸ ਦਿੱਤਾ ਹੋਇਆ ਸਿਧਾਂਤ, ਇਹ ਉਸ ਕਲਗੀਧਰ ਪਿਤਾ ਦਾ ਅੰਮ੍ਰਿਤ ਜਿਹੜਾ ਰਗਾਂ ਦੇ ਵਿੱਚ ਵਸਦਾ ਸੀ। ਮੈਂ ਸਮਝਦਾ ਅੱਜ ਅਸੀਂ ਯੋਧੇ ਦਾ ਜਿਹੜਾ ਇਹ ਦਿਨ ਮਨਾ ਰਹੇ ਹਾਂ, ਅੱਜ ਵੀ ਸਾਨੂੰ ਲੋੜ ਹੈ ਕਿ ਉਹ ਇਤਿਹਾਸ ਤੋਂ ਸਿੱਖਣ ਦੀ, ਅੱਜ ਲੋੜ ਹੈ ਉਹਨਾਂ ਦੀ ਕੁਰਬਾਨੀਆਂ ਜਿਸ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਔਰ ਉਸ ਕੁਰਬਾਨੀਆਂ ਦਾ ਸਿੱਖਣ ਦੀ। ਮੈਂ ਸਮਝਦਾ ਖਾਲਸਾ ਪੰਥ ਜਿਹੜਾ ਹੈ ਹਮੇਸ਼ਾ ਇਹ ਕਲਗੀਧਰ ਪਿਤਾ ਦਾ ਪੰਥ ਹੈ, ਭਾਵੇਂ ਇੱਥੇ ਮੁਗਲਾਂ ਦਾ ਰਾਜ ਆਇਆ ਉਸ ਸਮੇਂ ਵੀ ਖਾਲਸਾ ਪੰਥ ਨੇ ਇਸ ਯੋਧਿਆਂ ਦੇ ਟੱਕਰ ਲਈ, ਜੇਕਰ ਇੱਥੇ ਅੰਗਰੇਜ਼ਾਂ ਦਾ ਰਾਜ ਆਇਆ ਮੈਂ ਸਮਝਦਾ ਆ ਦਿੱਲੀ ਕਿਲੇ ਦੇ ਉੱਤੇ ਲਾਲ ਕਿਲੇ ਉੱਤੇ ਝੰਡਾ ਧੂਲ ਦਾ ਤਿਰੰਗਾ, ਇਹ ਵੀ ਇਹਨਾਂ ਯੋਧਿਆਂ ਦੀ ਕੁਰਬਾਨੀ ਸਦਕਾ ਜੋ ਹਿੰਦੁਸਤਾਨ ਆਜ਼ਾਦੀ ਲੜਾਈ ਲੜ ਰਿਹਾ ਸੀ ਤੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਤਾਂ ਉਹ ਕਲਗੀਧਰ ਦਸ਼ਮੇਸ਼ ਪਿਤਾ ਦੇ ਇਹਨਾਂ ਸਿੱਖਾਂ ਨੇ ਕੀਤੀਆਂ, ਪੰਜਾਬੀਆਂ ਨੇ ਕੀਤੀਆਂ ਔਰ ਗਲ ਰਸੇ ਚੁੰਮੇ, ਫਾਂਸੀ ਰਸੇ ਚੁੰਮੇ, ਭਾਵੇਂ ਜੇਲ੍ਹਾਂ ਵਿੱਚ ਗਏ ਭਾਵੇਂ ਕਾਲੀ ਪਾਣੀ ਵਿੱਚ ਗਏ। ਮੈਂ ਸਮਝਦਾ 85% ਹਿੱਸਾ ਜੇ ਇਸ ਦੇਸ਼ ਦੇ ਆਜ਼ਾਦੀ ਦੇ ਵਿੱਚ ਸੀ ਤਾਂ ਇਹਨਾਂ
ਜੋਧਿਆਂ ਦਾ ਸੀ, ਗੁਰੂ ਕਲਗੀ ਧਰ ਦੇ ਮਹਾਨ ਸਿੱਖ ਜੋਧਿਆਂ ਦਾ ਸੀ। ਸਾਨੂੰ ਅੱਜ ਇਹਨਾਂ ਤੋਂ ਸਾਰਿਆਂ ਤੋਂ ਸਿੱਖ ਲੈਣਾ ਚਾਹੀਦਾ। ਮੈਂ ਅੱਜ ਇਹ ਬੇਨਤੀ ਕਰਦਾ ਕਿ ਸਾਡੇ ਨੌਜਵਾਨ ਸਾਡੇ ਵੀਰ ਔਰ ਚੜ੍ਹਦੀ ਕਲਾ ਜੀਵਨ ਜਾਣ, ਜਿਸ ਲਈ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਜਿਸ ਲਈ ਸਾਡੇ ਗੁਰੂਆਂ ਨੇ ਆਪਣਾ ਸਾਰਾ ਪਰਿਵਾਰ ਬਾਰ ਦਿੱਤਾ। ਅੱਜ ਉਹ ਸਿੱਖੀ ਸਰੂਪ ਨੂੰ ਸੰਭਾਲਣ ਦੀ ਲੋੜ ਹੈ। ਨਸ਼ੇ ਤਿਆਗ ਕੇ ਸਿੱਖੀ ਬਾਣਾ ਔਰ ਬਾਣੀ ਦੇ ਧਾਰਨੀ ਬਣੀਏ ਔਰ ਗੁਰਮਤ ਦੇ ਧਾਰਨੀ ਬਣੀਏ। ਮੈਂ ਸਮਝਦਾ ਇਹਨਾਂ ਦਿਨਾਂ ਤੋਂ ਸਾਨੂੰ ਇਹੀ ਸੰਦੇਸ਼ ਲੈ ਕੇ ਜਾਣਾ ਚਾਹੀਦਾ ਕਿ ਅਸੀਂ ਗੁਰੂ ਦੇ ਲੜ ਲੜ ਕੇ ਅੰਮ੍ਰਿਤ ਪਾਨ ਕਰਕੇ ਤਿਆਰ ਬਣੀਏ। ਜੱਸਾ ਸਿੰਘ ਆਲੂਵਾਲੀਆਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਉਹਨਾਂ ਨੇ ਜੋ ਸਾਨੂੰ ਸਿਧਾਂਤ ਦੇ ਕੇ ਗਏ ਨੇ, ਜੋ ਸਾਨੂੰ ਸਿੱਖਿਆਵਾਂ ਦੇ ਕੇ ਗਏ ਨੇ, ਸਾਨੂੰ ਉਹਨਾਂ ਸਿੱਖਿਆਵਾਂ 'ਤੇ ਚੱਲ ਕੇ ਆਪਣਾ ਜੀਵਨ ਬਸਰ ਕਰੀਏ। ਸੋ ਮੈਂ ਜਿੱਥੇ ਸਾਰੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ, ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਿੱਥੇ ਸਾਰੀਆਂ ਲਿੰਗ ਸਿੰਘ ਜਥੇਬੰਦੀਆਂ ਸ਼ਾਮਿਲ ਹੋਈਆਂ ਨੇ, ਸਮਾਜ ਸ਼ਾਮਿਲ ਹੋਇਆ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਆਹ 3 ਮਈ ਨੂੰ ਔਰ ਸ੍ਰੀ ਮੰਜੀ ਸਾਹਿਬ ਵਿਖੇ ਵੀ ਜੱਸਾ ਸਿੰਘ ਆਲੂਵਾਲੀਏ ਦੇ ਗੁਰਮਤਿ ਸਮਾਗਮ ਜਿਹੜੇ ਹੋ ਰਹੇ ਨੇ, ਉੱਥੇ ਹੀ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਸੰਗਤਾਂ ਉੱਥੇ ਸ਼ਾਮਿਲ ਹੋਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।